ਸਿੰਗਰ ਤੇ ਐਕਟਰ ਗੁਰਨਾਮ ਪੁੱਲਰ ਦੀ ਆਉਣ ਵਾਲੀ ਨਵੀਂ ਫਿਲਮ ਪਰਿੰਦਾ ਪਾਰ ਗਿਆ ਦਾ ਨਵਾਂ ਪੋਸਟਰ ਆਇਆ ਸਾਹਮਣੇ ਤੇ ਖਾਸ ਗੱਲ ਇਹ ਹੈ ਕਿ ਇਸ ਪੋਸਟਰ ਦੇ ذریعے ਗੁਰਨਾਮ ਪੁੱਲਰ ਦੀ ਲੁੱਕ ਵੀ ਕਰ ਦਿੱਤੀ ਗਈ ਹੈ ਰਿਵੀਲ ਹਾਲੀ ਦੇ ਵਿੱਚ ਗੁਰਨਾਮ ਪੁੱਲਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਫਿਲਮ ਪਰਿੰਦਾ ਪਾਰ ਗਿਆ ਦਾ ਨਵਾਂ ਪੋਸਟਰ ਸਾਂਝਾ ਕੀਤਾ ਗਿਆ ਇਸ ਪੋਸਟਰ ਦੇ ਵਿੱਚ ਅਸੀਂ ਗੁਰਨਾਮ ਪੁੱਲਰ ਦੀ ਲੁੱਕ ਵੇਖ ਸਕਦੇ ਹਾਂ ਕਿ ਇਸ ਫਿਲਮ ਦੇ ਵਿੱਚ ਉਹਨਾਂ ਦੀ ਲੁੱਕ ਕਿਹੋ ਜੀ ਹੋਣ ਵਾਲੀ ਹੈ ਇਸ ਨਵੇਂ ਪੋਸਟਰ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਤੁਹਾਨੂੰ ਕਿਹੋ ਜਿਹੀ ਲੁੱਕ ਲੱਗ ਰਹੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਦੱਸਦੀ ਹੈ ਕਿ ਗੁਰਨਾਮ ਪੁੱਲਰ ਨੇ ਨਵੇਂ ਪੋਸਟਰ ਨੂੰ ਸਾਂਝਾ ਕਰਨ ਦੇ ਨਾਲ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਫਿਲਮ ਦਾ ਟਾਈਟਲ ਟਰੈਕ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ ਯਾਨੀ ਕਿ ਪਰੰਦਾ ਪਾਰ ਗਿਆ ਦਾ ਟਾਈਟਲ ਟਰੈਕ ਜਲਦੀ ਹੀ ਰਿਲੀਜ਼ ਹੋਵੇਗਾ ਤੇ ਇਸ ਦੀ ਡੇਟ ਹੈ 3 ਅਕਤੂਬਰ ਯਾਨੀ ਕਿ ਕੁਝ ਦਿਨਾਂ ਵਿੱਚ ਹੀ ਗੀਤ ਰਿਲੀਜ਼ ਹੋ ਜਾਵੇਗਾ 3 ਅਕਤੂਬਰ 2023 ਸਵੇਰੇ 11 ਵਜੇ ਇਹ ਗੀਤ ਰਿਲੀਜ਼ ਹੋ ਜਾਣਾ ਤੁਹਾਨੂੰ ਦੱਸਦੀ ਹੈ ਕਿ ਇਸ ਗੀਤ ਦੇ ਲਈ ਲੋਕਾਂ ਕਾਫੀ ਜ਼ਿਆਦਾ ਐਕਸਾਈਟਡ ਨੇ ਤੇ ਫਾਈਨਲੀ ਗੁਰਨਾਮ ਪੁੱਲਰ ਦੀ ਲੁੱਕ ਵੀ ਰਿਵੀਲ ਹੋ ਜਾਣੀ ਹੈ ਵੀਡੀਓ ਲਈ ਤੇ ਫਾਈਨਲੀ ਗੁਰਨਾਮ ਪੁੱਲਰ ਦੀ ਲੁੱਕ ਵੀ ਇਸ ਗੀਤ ਦੇ ਜ਼ਰੀਏ ਵੀ ਰਿਵੀਲ ਕੀਤੀ ਜਾਵੇਗੀ ਤੇ ਪੋਸਟਰ ਦੇ ਵਿੱਚ ਵੀ ਸਾਨੂੰ ਇੱਕ ਚਲਕ ਵੇਖਣ ਨੂੰ ਮਿਲ ਚੁੱਕੀ ਹੈ ਗੁਰਨਾਮ ਪੁੱਲਰ ਦੇ ਹੱਥ ਵਿੱਚ ਮਾਈਕ ਫੜਿਆ ਹੋਇਆ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਇਹ ਫਿਲਮ ਕਿਸੇ ਸੁਪਰਸਟਾਰ ਜਾਂ ਰੌਕਸਟਾਰ ਦੀ ਹੋਣ ਵਾਲੀ ਹੈ ਸੋ ਹੁਣ ਵੇਖਦੇ ਹਾਂ ਕਿ ਗੁਰਨਾਮ ਪੁੱਲਰ ਦਾ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਕਿਰਦਾਰ ਹੁੰਦਾ ਹੈ ਪਰਿੰਦਾ ਕਿਹੋ ਜਿਹਾ ਹੁੰਦਾ ਸੋ ਪਰਿੰਦਾ ਪਾਰ ਗਿਆ ਫਿਲਮ ਦੇ ਵਿੱਚ ਮੇਨਲੀ ਡਾਇਰੈਕਟ ਦੀ ਗੱਲ ਕਰੀਏ ਤੇ ਗੁਰਨਾਮ ਪੁੱਲਰ ਦਾ ਸਾਥ ਨਿਭਾਉਣ ਵਾਲੇ ਨੇ ਰੂਪੀ ਗਿੱਲ ਯਾਨੀ ਕਿ ਇਸ ਫਿਲਮ ਦੇ ਵਿੱਚ ਗੁਰਨਾਮ ਪੁੱਲਰ ਤੇ ਰੂਪੀ ਗਿੱਲ ਸਾਨੂੰ ਮੇਨ ਲੀਡ ਰੋਲ ਪਲੇ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ ਇਸ ਫਿਲਮ ਦੇ ਜ਼ਰੀਏ ਗੁਰਨਜ਼ਰ ਚੱਠਾ ਤੇ ਇਸ਼ਾ ਸ਼ਰਮਾ ਨੂੰ ਵੀ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਇਹਨਾਂ ਦਾ ਡੈਬਿਊ ਹੋ ਰਿਹਾ ਹੈ ਇਸ ਇੰਡਸਟਰੀ ਦੇ ਵਿੱਚ ਇਸ ਫਿਲਮ ਦੇ ਜ਼ਰੀਏ ਤੇ ਬਾਬਰ ਖਾਨ ਜੋ ਕਿ ਜਰਸੀ ਫਿਲਮ ਕਰ ਚੁੱਕੇ ਨੇ ਬਾਲੀਵੁੱਡ ਦੇ ਵਿੱਚ ਉਹ ਵੀ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਦੱਸਦੀ ਹੈ ਕਿ ਪਰਿੰਦਾ ਪਾਰ ਗਿਆ ਦੇ ਟਾਈਟਲ ਟਰੈਕ ਨੂੰ ਗਾਇਆ ਹੈ ਗੁਰਨਾਮ ਮਹ ਪੁੱਲਰ ਨੇ ਤੇ ਕੰਪੋਜੀਸ਼ਨ ਦਾ ਕ੍ਰੈਡਿਟ ਵੀ ਗੁਰਨਾਮ ਪੁੱਲਰ ਨੂੰ ਹੀ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਲਿਰਿਕਸ ਨੂੰ ਗੁਰਨਾਮ ਪੁੱਲਰ ਨੇ ਲਿਖਿਆ ਲੇਕਿਨ ਇਸ ਦੇ ਨਾਲ ਨਾਲ ਖਾਰਾ ਨੇ ਵੀ ਉਹਨਾਂ ਦਾ ਸਾਥ ਨਿਭਾਇਆ ਇਹ ਵੀ ਦੱਸ ਦਈਏ ਕਿ ਇਸ ਨੂੰ 뮤직 ਦਿੱਤਾ ਹੈ ਗੌਰਵ ਦੇਵ ਤੇ ਕਾਰਤਿਕ ਦੇਵ ਤੇ ਮਰਸੀ ਤੇ ਡੈਡੀ ਬੀਟਸ ਨੇ ਤੇ ਇਸ ਗੀਤ ਨੇ ਰਿਲੀਜ਼ ਹੋਣਾ ਹੈ ਡਾਇਮੰਡ ਸਟਾਰ ਵਰਲਡਵਾਈਡ ਦੇ ਅਫੀਸ਼ੀਅਲ YouTube ਚੈਨਲ ਤੇ ਫਿਲਮ ਦੀ ਗੱਲ ਕਰੀਏ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਸ਼ਿਤੇ ਚੌਧਰੀ ਨੇ ਜਿਨ੍ਹਾਂ ਦਾ ਐਜ਼ ਅ ਡਾਇਰੈਕਟਰ ਪੋਲੀਵੁੱਡ ਇੰਡਸਟਰੀ 'ਚ ਵੱਡਾ ਨਾਮ ਹੈ ਤੇ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਰਵੀ ਟੈਲੋਂ ਜਗ ਪ੍ਰਿਹਾਲ ਜਸਵਿੰਦਰ ਤੂਰ ਤੇ ਗੁਰਪ੍ਰੀਤ ਸਿੰਘ ਗੋਗਾ ਦੇ ਵੱਲੋਂ ਯਾਨੀ ਕਿ ਇਸ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਜੀਐਸ ਗੋਗਾ ਪ੍ਰੋਡਕਸ਼ਨਸ ਇਨ ਐਸੋਸੀਏਸ਼ਨ ਵਿਦ ਆਰ ਇਨ ਐਸੋਸੀਏਸ਼ਨ ਵਿਦ ਏਏਜੀ ਮੋਸ਼ਨ ਪਿਕਚਰਸ ਦੱਸਦੀ ਹੈ ਕਿ ਇਸ ਫਿਲਮ ਨੂੰ ਵਰਲਡਵਾਈਡ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਹੈ ਵਾਈਟ ਹਿੱਲ ਸਟੂਡੀਓਜ਼ ਦੇ ਵੱਲੋਂ ਫਿਲਮ ਦੀ ਰਿਲੀਜ਼ ਡੇਟ ਵੀ ਰਿਵੀਲ ਕਰ ਦਿੱਤੀ ਗਈ ਹੈ ਪਰੰਦਾ ਪਾਰ ਗਿਆ ਜਲਦੀ ਹੀ ਸਾਨੂੰ ਸਿਨੇਮਾ ਕਰਨ ਦੇ ਵਿੱਚ ਵੇਖਣ ਨੂੰ ਮਿਲੇਗੀ 3 ਨਵੰਬਰ ਇਸ ਫਿਲਮ ਦੀ ਰਿਲੀਜ਼ ਡੇਟ ਹੈ ਸੋ ਕਿੰਨੇ ਐਕਸਾਈਟਿਡ ਹੋ ਫਿਲਮ ਲਈ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਲੁੱਕ ਇਹੋ ਜਿਹੀ ਲੱਗਿਆ ਗੁਰਨਾਮ ਪੁ ਦੇ ਵੀ ਸੰਜਕਾ ਸਕਦੇ ਹੋ ਟਾਈਟਲ ਟਰੈਕ ਲਈ ਕਿੰਨੇ ਐਕਸਾਈਟਡ ਹਾਂ ਵੀ ਇਸ ਨਾਲ ਬਿਲਕੁਲ ਨਾ ਭੁੱਲਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਹਾਲੀਵੁੱਡ ਸੈਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ